ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਗੁਰਮੀਤ ਨਿੱਜਰ ਅੱਜ ਅਸੀਂ ਪਹੁੰਚ ਚੁੱਕੇ ਹਾਂ ਲੁਧਿਆਣਾ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਂਸ਼ਨ ਵਿਖੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦਾ ਇੱਕ ਭਾਰੀ ਇਕੱਠ ਹੋਣ ਜਾ ਰਿਹਾ ਹੈ। ਇਹ ਇਕੱਠ 7 ਤਰੀਕ ਨੂੰ ਪਟਿਆਲਾ ਵਿਖੇ ਹੋਣ ਵਾਲੀ ਜਬਰ ਵਿਰੋਧੀ ਰੈਲੀ ਦੇ ਸੰਬੰਧ ਵਿੱਚ ਹੋਣ ਜਾ ਰਿਹਾ ਹੈ ਜਿਸ ਨੂੰ ਸੰਬੋਧਨ ਕਰਨ ਵਾਸਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪੰਜਾਬ ਸਰਦਾਰ ਸੁਖਬੀਰ ਸਿੰਘ ਬਾਦਲ ਵਿਕਰਮ ਸਿੰਘ ਮਜੀਠੀਆ ਤੋਂ ਇਲਾਵਾ ਸੀਨੀਅਰ ਲੀਡਰਸ਼ਿਪ ਵੀ ਪਹੁੰਚ ਰਹੀ ਹੈ। ਇੱਥੇ ਇੱਕ ਵੱਡਾ ਸਵਾਲ ਉੱਠਦਾ ਹੈ ਕਿ ਜਿੱਥੇ ਵਿਰੋਧੀ ਧਿਰ ਵੱਲੋਂ ਪਟਿਆਲਾ ਵਿਖੇ 7 ਤਰੀਕ ਨੂੰ ਰੈਲੀ ਕੀਤੀ ਜਾ ਰਹੀ ਹੈ ਉੱਥੇ ਸੱਤਾ ਧਿਰ ਵੱਲੋਂ ਵੀ ਬਾਦਲ ਦੇ ਹਲਕਾ ਲੰਮੀ ਵਿਖੇ ਇੱਕ ਰੈਲੀ ਕੀਤੀ ਜਾ ਰਹੀ ਹੈ ਜਿਸ ਦਾ ਹਰ ਪਾਰਟੀ ਵਰਕਰਾਂ ਦੇ ਵਿੱਚ ਇੱਕ ਬੜਾ ਸਸਪੰਸ ਪੈਦਾ ਹੋਇਆ ਹੈ ਕਿ ਮੌਜੂਦਾ ਧਿਰ ਨੂੰ ਕਿਉਂ ਕਰਨੀਆਂ ਪੈ ਰਹੀਆਂ ਨੇ ਰੈਲੀਆਂ। ਇਸ ਬਾਰੇ ਆਪਾਂ ਜਾਣਦੇ ਹਾਂ ਪਹੁੰਚਣ ਵਾਲੇ ਵਰਕਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆਂ ਕੋਲੋਂ। ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪੰਜਾਬ ਦੇ ਹਮੇਸ਼ਾ ਰਾਖੇ ਦੀ ਗੱਲ ਕੀਤੀ ਹੈ, ਪੰਜਾਬ ਦੇ ਕਿਸਾਨਾਂ ਦੀ ਗੱਲ ਕੀਤੀ ਹੈ, ਪੰਜਾਬ ਦੇ ਵਪਾਰੀਆਂ ਦੀ ਗੱਲ ਕੀਤੀ ਹੈ, ਹਰ ਵਰਗ ਦੀ ਗੱਲ ਕੀਤੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਨੇ ਅੱਜ ਜਿਹੜੀ 7 ਤਰੀਕ ਦੀ ਰੈਲੀ ਹੈ ਉਹ ਸਰਕਾਰ ਨੂੰ ਪਹਿਲਾਂ ਵੀ ਰੈਲੀਆਂ 'ਚ ਜਗਾਇਆ, ਉਹਨਾਂ ਦੀਆਂ ਪੋਲਾਂ ਖੋਲੀਆਂ ਅਤੇ ਉਹਨਾਂ ਦੇ ਦਿਸ਼ਾ ਨਿਰਦੇਸ਼ ਹੇਠ ਜਿਹੜੀ ਰੈਲੀ ਦੀ ਤਿਆਰੀ ਸੰਬੰਧੀ ਅੱਜ ਲੁਧਿਆਣੇ ਰੈਲੀ ਰੱਖੀ ਗਈ ਹੈ। ਮੈਂ ਸਮਝਦਾ ਕਿ ਜਿਸ ਹਿਸਾਬ ਨਾਲ ਇਕੱਠ ਹਜ਼ਾਰਾਂ ਦੇ ਹਿਸਾਬ ਨਾਲ ਇਕੱਠ ਵੀ ਲੋਕਾਂ ਦੇ ਅੰਦਰ ਚਾਹ ਬਣ ਚੁੱਕਾ, ਉਹਦਾ ਕਾਰਨ ਕੀ ਹੈ ਕਿ ਜਿਹੜੇ ਕਾਂਗਰਸ ਦੇ ਪੌਣੇ 2 ਸਾਲ ਦੀ ਕਾਰਜਕਾਰੀ ਦੇ ਵਿੱਚ ਇੱਕ ਸੀਮਿੰਟ ਦੀ ਬੋਰੀ ਸ਼ਹਿਰ 'ਚ ਨਹੀਂ ਲੱਗੀ, ਪਿੰਡਾਂ 'ਚ ਕੋਈ ਕੰਮ ਨਹੀਂ ਹੋਇਆ, ਕਿਸਾਨ ਭੁੱਖੇ ਮਰਦੇ ਪਏ ਆ, ਟੀਚਰ ਅੱਜ ਹੜਤਾਲਾਂ 'ਤੇ ਬੈਠੇ। ਮੈਂ ਸਮਝਦਾ ਕਿ ਸਰਕਾਰ ਨੂੰ ਜਗਾਉਣ, ਕਿਉਂਕਿ ਕੈਪਟਨ ਸਾਹਿਬ ਨੂੰ ਜਦੋਂ ਜਾਗ ਆਈ ਤੀ ਹੁਣ ਉਹ ਕਹਿੰਦੇ ਵੀ ਲੰਬੀ ਰੈਲੀ ਕਰਨੀ ਹੈ। ਮੈਂ ਸਮਝਦਾ ਕਿ ਅਸੀਂ ਜਗਾ ਦਿੱਤਾ ਉਹਨਾਂ ਨੂੰ, ਪਰ ਅਸੀਂ ਉਹਨਾਂ ਨੂੰ ਇਹ ਵੀ ਜਗਾਉਂਦੇ ਹਾਂ ਵੀ ਕੰਮ ਕਰੋ, ਅਸੀਂ ਉਹਨਾਂ ਦੀਆਂ ਪੋਲਾਂ ਖੋਲ੍ਹ ਰਹੇ, ਘੱਟੋ ਘੱਟ ਕੰਮ ਤਾਂ ਕਰੋ, ਪਰ ਅੱਜ ਕੰਮ ਨਹੀਂ ਕੀਤਾ ਜਾ ਰਿਹਾ, ਲੋਕ ਪਰੇਸ਼ਾਨ ਹੈ। ਅਤੇ ਉਸੇ ਪ੍ਰਤੀ ਜਿਹੜੀ ਉਹ ਅਕਾਲੀ ਦਲ ਨੂੰ ਦੱਬਣਾ ਚਾਹੁੰਦੇ ਸੀਗੇ, ਤਾਂ ਅੱਜ ਲੋਕਾਂ ਨੇ ਦੱਸ ਦਿੱਤਾ ਕਿ ਅਕਾਲੀ ਦਲ ਨੂੰ ਦੱਬਣਾ ਖੇਡ ਨਹੀਂ, ਕਿਉਂਕਿ ਇਹ ਸ਼ਹੀਦਾਂ ਦੀ ਜਥੇਬੰਦੀ ਹੈ ਅਤੇ ਹਮੇਸ਼ਾ ਇਹ ਪਹਿਰਾ ਜਿਹੜਾ ਸ਼ਹੀਦਾਂ ਦਾ ਲੱਗਾ ਹਮੇਸ਼ਾ ਚੜ੍ਹਦੀ ਕਲਾ 'ਚ ਅਕਾਲੀ ਦਲ। ਦੇਖੋ ਅਸੀਂ ਤਾਂ ਉਹਨਾਂ ਨੂੰ, ਸਾਡਾ ਤਾਂ ਕੰਮ ਹੈ ਵਿਰੋਧ ਦਾ, ਅਸੀਂ ਵਿਰੋਧ ਕਰਨਾ, ਕਿਉਂਕਿ ਜਿੰਨਾ ਉਹਨਾਂ ਨੇ ਵਾਅਦੇ ਕੀਤੇ ਸੀ, ਝੂਠੇ ਵਾਅਦੇ ਕਰਕੇ ਸਰਕਾਰ ਆਈ ਸੀ, ਅਸੀਂ ਤਾਂ ਜਗਾਉਣਾ, ਪਰ ਉਹ ਰੈਲੀ ਕਰਕੇ ਦਿਖਾਉਣਾ ਕਿ ਜਾਂਦੇ ਉਹ ਤਾਂ ਸਰਕਾਰ ਦੇ ਵਿੱਚ ਆ, ਉਹ ਤਾਂ ਕੰਮ ਕਰਨ। ਅੱਜ ਉਹਨਾਂ ਨੂੰ ਕੰਮ ਦੀ ਜ਼ਰੂਰਤ ਹੈ ਪਰ ਸਿਰਫ ਉਹ ਡਰਾਮੇਬਾਜ਼ੀ ਕਰ ਰਹੇ ਆ, ਸਾਡੇ ਸਾਹਮਣੇ ਸ਼ਕਤੀ ਪ੍ਰਦਰਸ਼ਨ ਦੀ ਗੱਲ ਕਰ ਰਹੇ, ਪਰ ਸਾਡਾ ਸ਼ਕਤੀ ਪ੍ਰਦਰਸ਼ਨ ਸਾਡੇ ਕੋਲ, ਦੇਖੋ ਲੋਕ ਆਪਣੇ ਆਪ ਚੱਲ ਕੇ ਆ ਰਹੇ ਆ, ਸੰਗਤ ਅੱਜ ਕਿੱਡੀ ਵੱਡੀ ਤਾਦਾਦ 'ਚ ਇੱਥੇ ਆ ਰਹੀ ਹੈ ਅਤੇ ਤੁਸੀਂ ਹਿਸਾਬ ਲਾਓ 10,000 ਦਾ ਟੀਚਾ, ਮੈਂ ਸਮਝਦਾ 10,000 ਤੋਂ 15,000 ਲੁਧਿਆਣੇ ਸ਼ਹਿਰ 'ਚੋਂ ਜਾਣਗੇ। ਨਹੀਂ ਨਹੀਂ ਬਹੁਤ ਅੱਛੀ ਲਿਸਟ ਹੈ ਜੀ, ਸਾਰੇ ਲੋਕਾਂ ਨੂੰ, ਹਰ ਬਰਾਦਰੀ ਦੇ ਲੋਕਾਂ ਨੂੰ ਨੁਮਾਇੰਦਗੀ ਮਿਲੀ ਹੈ ਅਤੇ ਮੈਂ ਰਣਜੀਤ ਸਿੰਘ ਢਿੱਲੋਂ ਸਾਹਿਬ ਨੂੰ ਵਧਾਈ ਦੇਣਾ, ਬੜੀ ਅੱਛੀ ਲਿਸਟ ਕੱਢੀ ਉਹਨਾਂ ਨੇ। ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਸਰਬਜੀਤ ਪਨੇਸਰ ਅਤੇ ਹਰਜੀਤ ਦੁਗਰੀ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।